ਪਿੰਡ ਕੁੱਪਕਲਾਂ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 7 ਸਾਲ ਤੋਂ ਲੈ ਕੇ 17 ਸਾਲ ਦੇ ਬੱਚਿਆਂ ਨੇ ਮੁਕਾਬਲੇ ਵਿੱਚ ਭਾਗ ਲਏ ਅਤੇ ਫਸਟ ਸੈਕਿੰਡ ਥਰਡ ਆਉਣ ਵਾਲਿਆਂ ਨੂੰ ਸਨਮਾਨ ਦਿੱਤੇ ਗਏ। ਗੁਰਦੀਪ ਕੌਰ ਪਿੰਡ ਫੇਰਕਲਾਂ ਇਹ ਵੀ ਸਟੇਜ ਤੇ ਆਏ ਬਈ, ਗੁਰਸੇਵਕ ਸਿੰਘ ਸ਼ਾਮ ਅਫਸਰ ਗੁਰਜੀਤ ਸਿੰਘ, ਗੁਰਦੀਪ ਕੌਰ ਪਿੰਡ ਫੇਰਕਲਾਂ ਜੀ, ਤਰਨਪ੍ਰੀਤ ਕੌਰ ਡਾਕਟਰ ਆਫ ਰਘਵੀਰ ਸਿੰਘ ਜੀ, ਹਰਪ੍ਰੀਤ ਕੌਰ ਪਿੰਡ ਕੁੱਪਕਲਾਂ, ਗੁਰਸਿੱਖ ਇਹਨਾਂ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਹੈ ਜੀ। ਗੁਰਸੇਵਕ ਸਿੰਘ ਪੁੱਤਰ ਗੁਰਜੀਤ ਸਿੰਘ ਹਾਂਜੀ ਹਾਂਜੀ 15 ਤੋਂ 17 ਸਾਲ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਕਮੇਟੀ ਵੱਲੋਂ। ਗੁਰਸੇਵ ਸਿੰਘ ਪੁੱਤਰ ਗੁਰਜੀਤ ਸਿੰਘ, ਮਾਤਾ ਗੁਰਦੀਪ ਕੌਰ ਪਿੰਡ ਫੇਰਕਲਾਂ, ਇਹਨਾਂ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਹੈ ਜੀ ਅਤੇ ਆਪਣਾ ਇਨਾਮ ਲੈਣ ਦੀ ਕਿਰਪਾਲਤਾ ਕਰੋ ਜੀ। ਗੁਰਸੇਵ ਸਿੰਘ ਸਾਹਿਬ ਗੁਰਜੀਤ ਸਿੰਘ ਫੇਰਕਲਾਂ ਤੋਂ ਜੀ, ਤਾੜੀਆਂ ਜੀ। ਦੋ ਚਾਰ ਭੈਣਾਂ ਵੀ ਸਟੇਜ 'ਤੇ ਆ ਜਾਣ ਜੀ, ਉਹ ਵੀ ਨਾਲ ਸਨਮਾਨ ਸਮਾਰੋਹ ਦੇ ਵਿੱਚ ਭਾਗ ਲੈਣਗੀਆਂ। ਦੋ ਚਾਰ ਮੇਰੀਆਂ ਭੈਣਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰ ਜੀ। ਇੱਕ ਤਰਨਪ੍ਰੀਤ ਕੌਰ, ਡਾਕਟਰ ਆਫ ਲਖਵੀਰ ਸਿੰਘ ਜੀ, ਮਾਤਾ ਦਾ ਨਾਮ ਹਰਪ੍ਰੀਤ ਕੌਰ ਹੈ ਕੁੱਪਕਲਾਂ ਤੋਂ, ਇਹਨਾਂ ਨੇ ਸੈਕਿੰਡ ਪੁਜੀਸ਼ਨ ਹਾਸਲ ਕੀਤੀ ਹੈ ਜੀ, ਉਹ ਵੀ ਆਪਣਾ ਇਨਾਮ ਲੈਣ ਦੀ ਕਿਰਪਾਲਤਾ ਕਰੇ ਜੀ। ਤਰਨਪ੍ਰੀਤ ਕੌਰ, ਡਾਕਟਰ ਆਫ ਲਖਵੀਰ ਸਿੰਘ, ਮਾਤਾ ਦਾ ਨਾਮ ਹਰਪ੍ਰੀਤ ਕੌਰ ਜੀ, ਕੁੱਪਕਲਾਂ ਤੋਂ, ਇਹਨਾਂ ਨੇ ਸੈਕਿੰਡ ਪੁਜੀਸ਼ਨ ਹਾਸਲ ਕੀਤੀ ਹੈ ਜੀ, ਇਹ ਵੀ ਆਪਣਾ ਇਨਾਮ ਗ੍ਰਹਿਣ ਕਰਨ ਦੀ ਕਿਰਪਾਲਤਾ ਕਰ ਜੀ। ਬੇਟੀ ਤਰਨਪ੍ਰੀਤ ਕੌਰ ਕੁੱਪਕਲਾਂ ਤੋਂ ਜੀ। ਚਲੋ ਜੀ, ਅਗਲਾ ਬੱਚਾ ਹੈ ਤਰਨਵੀਰ ਸਿੰਘ, ਸਾਰਾ ਸਰਪਣ ਸਵਰਨ ਸਿੰਘ, ਮਾਤਾ ਦਾ ਨਾਮ ਗਗਨਦੀਪ ਕੌਰ ਜੀ, ਪਿੰਡ ਬਾਲੇਵਾਲ ਤੋਂ, ਇਹਨਾਂ ਨੇ 3ਜਾ ਦਰਜਾ ਹਾਸਲ ਕੀਤਾ ਜੀ। ਤਰਨਵੀਰ ਸਿੰਘ, ਸਨ ਆਫ ਸਵਰਨ ਸਿੰਘ, ਮਾਤਾ ਦਾ ਨਾਮ ਗਗਨਦੀਪ ਕੌਰ ਹੈ ਜੀ, ਪਿੰਡ ਬਾਲੇਵਾਲ। ਚਲੋ ਜੀ, ਹੁਣ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਸਨਮਾਨਿਤ ਕਰ ਰਹੇ ਨੇ। 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਜੀ, ਜਿਹਦੇ ਵਿੱਚ ਕਰਮਵੀਰ ਸਿੰਘ, ਪੁੱਤਰ ਅਮਰੀਕ ਸਿੰਘ, ਮਾਤਾ ਹਰਦੀਪ ਕੌਰ ਜੀ, ਪਿੰਡ ਕੁੱਪਕਲਾਂ, ਇਹਨਾਂ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ ਜੀ। ਕਰਮਵੀਰ ਸਿੰਘ, ਪੁੱਤਰ ਅਮਰੀਕ ਸਿੰਘ, ਮਾਤਾ ਦਾ ਨਾਮ ਹਰਦੀਪ ਕੌਰ ਹੈ ਜੀ, ਪਿੰਡ ਕੁੱਪਕਲਾਂ, ਇਹਨਾਂ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ ਜੀ। ਹਾਂਜੀ, ਅਗਲਾ ਬੱਚਾ ਹੈਗਾ ਸਿਮਰਨ ਕੌਰ, ਡਾਕਟਰ ਆਫ ਸੁਖਬੰਤ ਸਿੰਘ ਜੀ, ਮਾਤਾ ਦਾ ਨਾਮ ਜਸਵੀਰ ਕੌਰ, ਪਿੰਡ ਧਲੇਰਕਲਾਂ ਤੋਂ, ਇਹਨਾਂ ਨੇ ਸੈਕਿੰਡ ਪੁਜੀਸ਼ਨ ਹਾਸਲ ਕੀਤੀ ਹੈ ਜੀ। ਸਿਮਰਨ ਕੌਰ, ਡਾਕਟਰ ਆਫ ਸੁਖਬੰਤ ਸਿੰਘ, ਮਾਤਾ ਦਾ ਨਾਮ ਜਸਵੀਰ ਕੌਰ ਹੈ ਜੀ, ਪਿੰਡ ਧਲੇਰਕਲਾਂ ਤੋਂ, ਇਹਨਾਂ ਨੇ ਸੈਕਿੰਡ ਪੁਜੀਸ਼ਨ ਹਾਸਲ ਕੀਤੀ ਹੈ ਜੀ। ਚਲੋ ਜੀ, ਅਗਲਾ ਬੱਚਾ ਹੈਗਾ ਗੁਰਸਿਮਰਨ ਕੌਰ ਜੀ, ਡਾਕਟਰ ਆਫ ਸੁਖਵਿੰਦਰ ਸਿੰਘ, ਮਾਤਾ ਦਾ ਨਾਮ ਬਲਜੀਤ ਕੌਰ ਜੀ, ਸੋਹੀਆਂ ਕਲਾਂ ਤੋਂ। ਗੁਰਸਿਮਰਨ ਕੌਰ, ਡਾਕਟਰ ਆਫ ਸੁਖਵਿੰਦਰ ਸਿੰਘ ਜੀ, ਮਾਤਾ ਦਾ ਨਾਮ ਬਲਜੀਤ ਕੌਰ ਜੀ, ਸੋਹੀਆਂ ਤੋਂ।
अपना इनाम लैन की कृपालता करो जी। गुरसिमरन कौर डॉटर ऑफ सुखविंदर सिंह जी, माता का नाम बलजीत कौर सोझा कला तो जी। एक टाइम की घाट करके बच्चा लेट पहुंचा सी ते ओदा भी स्पेशल आकाशदीप कुपखर तो जी वो टाइम की घाट करके लेट पहुंचे ने ते उन्हां दा आपां सम्मान किया जाता जी स्टेज पर आकाशदीप। सो जिन्हें भी बच्चे अपने प्राइज डिस्ट्रीब्यूशन दिता जी, जिन्हें भी बच्चों इनाम दिता है वो सारे स्टेज पर आ जाओ। जिन्हें भी बच्चों अपने इनाम दिता है इनाम लैके गए ने सारे स्टेज पर आ जाओ, अपने के ग्रुप फोटो करवानी है। सारे बच्चे जो इनाम लैके गए ने स्टेज पर पहुंचने की कृपालता करो जी। सारे बच्चे आ जाइए रख लो। अपने सरपंच मेजर सिंह जी, राज सिंह सरबरपुर, मास्टर रमन सिंह फलाउड वो भी स्टेज के पूरे आने जी, ग्रुप फोटो करवानी है अपने। मास्टर रूप सिंह जी उठो जी। रावण अल्लाह जी प्रबंधक कमेटी को बेनती है उन्होंने सम्मान कर दी कृपालता करो जी। साढ़े बहुत ही सत्कारयोग रावण अल्लाह जी हासिल कर रहे हैं जी। उस पिछों मैं पी एम डी एडी शो प्राइवेट लिमिटेड को बेनती करता जी वो भी स्टेज पर आपका सम्मान ग्रहण कर दी कृपालता कर जी। वरिंदर सिंह जी पट्टी, वरिंदर सिंह जी पट्टी, सो जो जो साढ़े होर पदवंते आगू बहरों आए ने उन्होंने भी कमेटी वालों सम्मान किया जाना जी। सो मैं बेनती करा सरपंच मेजर सिंह जी सरबपुर स्टेज पर आने जी तो अपना इनाम अपना सम्मान ग्रहण कर जी। सरपंच मेजर सिंह जी सरबपुर, सो प्रबंधक कमेटी को बेनती की जाती है जी। सरपंच मेजर सिंह जी सरबपुर, सो राज सिंह सरबपुर जी यूथ आगू ने जिले के वो भी अपना सम्मान ग्रहण कर जी। राज सिंह सरबपुर प्रधान यूथ भारती अंबेदकर मिशन जिला मलेरकोटला जी, राज सिंह सरबपुर यूथ आगू ने जी। मास्टर निर्मल सिंह जी फलाउड वो भी अपना सम्मान ग्रहण कर जी। मास्टर निर्मल सिंह जी फलाउड, मास्टर निर्मल सिंह जी फलाउड जी वो भी अपना सम्मान ग्रहण कर जी। मास्टर निर्मल सिंह जी फलाउड, मास्टर निर्मल सिंह जी फलाउड जी आज स्टेज पर जी। सो इस तो पिछों सत्कारयोग रबर अल्ला जी वालों जो प्रबंधक कमेटी है उन्होंने विशेष सम्मान लैके आए हैं। सो प्रबंधक कमेटी को बेनती है भी वह भी अपना सम्मान ग्रहण कर जी। सो विशेष करके असी वरिंदर सिंह पट्टी का देवतियों के हराइया के
धन्यवाद करते हैं जिन्होंने ये सारा अरेजमेंट किया जी, सरदार वरिंदर सिंह जी पट्टी पट्टी साहब का जी। रामगढ़ सरदारा तो वह भी अपना सम्मान लैके लैंड कृपाल का गढ़ जी, साडे यूथ आगू ने जगतार सिंह जी फौजी सतनाम सिंह जमालपुरा जो साड़ी स्टेट पार्टी नाल बागे चले गए हैं। बाबा बेकर सिंह जी जो हैड ग्रंथ ने गुरु घर के वह भी अपना सम्मान ग्रहण करते कृपाल का कर जी। सरदार बाबा बेकर सिंह जी बोले सो निहाल साडे यूथ आगू जो पंजाब पार्टी नाल उन्हां दा सम्मान ग्रहण कर गए जी। मास्टर रमन सिंह जी फलौट मास्टर रमन सिंह जी नूं बेनती है जो यूथ आगू साडे सतनाम सिंह जमालपुरा चले गए स्टेट पार्टी नाल उन्हां दा सम्मान दो जी। तुहानूं साडे छोटे वीर बलवंत सिंह जी सरपुरपुर वह भी आपका सम्मान लैण की कृपालता कर जी। स्टेज पर आओ बलवंत सिंह जी, आ जाओ चुप करके बह गए। बलवंत सिंह जी सरपुरपुर ਸਾਡੇ ਬੜੇ ਹੀ ਸਤਿਕਾਰਯੋਗ ਪ੍ਰਿੰਸੀਪਲ ਜੱਗਾ ਸਿੰਘ ਜੀ, ਡਾਕਟਰ ਅੰਬੇਦਕਰ ਮਿਸ਼ਨ ਕਲੱਬ ਪੰਜਾਬ ਜ਼ਿਲ੍ਹਾ ਮਲੇਰਕੋਟਲਾ ਤੋਂ ਆਏ ਨੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਸਟੇਜ 'ਤੇ ਆ ਕੇ ਸਾਡੇ ਸਮਾਜ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀਆਂ ਪ੍ਰਾਪਤੀਆਂ ਬਾਰੇ ਦੱਸਣ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਸਟਰਗਲ ਕੀਤਾ ਉਹਦੇ ਬਾਰੇ ਦੱਸਣ। ਅਤੇ ਬਾਕੀ ਮੈਂ ਬੇਨਤੀ ਕਰਦਾ ਹਾਂ ਸਰਦਾਰ ਕੇਵਲ ਸਿੰਘ ਜੀ ਨੂੰ ਕਿ ਜੋ ਵੀ ਟੀਮ ਬੇਨਤੀਆਂ ਕਰ ਰਹੀਆਂ ਤੋਂ ਸਨਮਾਨਿਤ ਕਰਨ ਜੀ। ਕੇਵਲ ਸਿੰਘ ਜੀ ਬਾਖਾ ਪ੍ਰਧਾਨ ਨੇ ਜਿਹੜੇ ਜੋ ਆਪਣੇ ਮਾਸਟਰ ਕੁਲਵੰਤ ਸਿੰਘ ਜੀ ਨੂੰ ਬੇਨਤੀ ਆ ਕਿ ਉਹ ਵੀ ਕਿਰਪਾ ਕਰਕੇ ਸਟੇਜ 'ਤੇ ਆ ਜਾਣ ਜੀ। ਸੋ ਮੈਂ ਕਮੇਟੀ ਨੂੰ ਬੇਨਤੀ ਕਰਦਾ ਜੀ, ਚਲੋ ਸਾਡੇ ਕੋਲ ਤਾਂ ਜਿਹੜੀ ਗਲਤੀ ਹੋ ਗਈ ਆ ਹੋ ਗਈ ਆ, ਕੋਈ ਵੀ ਬੱਚਾ ਜਿਹੜਾ ਸਨਮਾਨ ਚਿੰਨ ਰਾਇਡ ਤੋਂ ਰਹਿ ਗਿਆ ਉਹ ਬੱਚੇ ਦੇ ਪਰਿਵਾਰ ਨੂੰ ਬੇਨਤੀ ਕਰ ਦਿਓ ਕਿ ਉਹਨਾਂ ਨੂੰ ਘਰ ਜਾ ਕੇ ਸਦਾ ਇੱਕ ਸਰੌਦ ਪਿੰਡ ਦੀ ਗੱਲ ਆ ਗਈ, ਉਹ ਬੱਚਾ ਸਾਡੇ ਕੋਲ ਆਇਆ ਸੀ ਦੋ ਦਿਨ ਪਹਿਲਾਂ, ਜਿਹੜੀ ਲਿਸਟ ਆ ਉਹ ਬੱਚਿਆਂ ਦੀ ਤਿਆਰ ਕਰ ਦਿਆਂਗੇ, ਉਹਨੂੰ ਇੱਕ ਇਸ਼ੂ ਬਣਾ ਲਿਆ ਉਹਦੀ ਜਿਹੜੀ ਵੀ ਖਬਰਾਂ ਪ੍ਰੈਸ ਦੇ ਵਿੱਚ ਦਿੱਤੀ ਗਈ ਆ। ਸੋ ਜਿਹੜਾ ਵੀ ਬੱਚਾ ਰਹਿ ਜੂਗਾ ਉਹ ਕਮੇਟੀ ਨੂੰ ਨਾਮ ਦਰਜ ਕਰਵਾ ਦਿਓ ਅਤੇ ਉਹਦੇ ਘਰ ਜਾ ਕੇ ਸਨਮਾਨਿਤ ਕੀਤਾ ਜਾਊਗਾ ਜੀ। ਕਰਦੇ ਨੇ ਜੋ ਸਾਡੇ ਇਲਾਕੇ ਦੀਆਂ ਮਹਾਨ ਹਸਤੀਆਂ ਨੇ, ਗਿਣਤੀ ਮਿਣਤੀ ਦੇ ਇਨਸਾਨਾਂ ਦੇ ਵਿੱਚ ਆਉਂਦੇ ਨੇ। ਕੇਸਰ ਸਿੰਘ ਜੀ ਭੁੱਲਰ ਬੋਲੇ ਸੋ ਨਿਹਾਲ, ਗੁਰਮੁਖ ਸਿੰਘ ਜੀ ਇੰਟਰਨੈਟ ਕੈਫੇ ਤੋਂ, ਉਹਨਾਂ ਨੂੰ ਬੇਨਤੀ ਆ ਕਿ ਆਪਣਾ ਸਨਮਾਨ ਚਿੰਨ ਲੈ ਜਾਓ ਜੀ। ਮੈਂ ਬੇਨਤੀ ਕਰਦਾ ਸਾਡੇ ਬੜੇ ਸਤਿਕਾਰਯੋਗ ਪ੍ਰਿੰਸੀਪਲ ਜੱਗਾ ਸਿੰਘ ਜੀ ਨੂੰ ਕਿ ਕਿਰਪਾ ਕਰਕੇ ਸਟੇਜ 'ਤੇ ਆਉਣ ਜੀ, ਅਤੇ ਨਾਲੇ ਤਾਂ ਆਪਣਾ ਸਨਮਾਨ ਚਿੰਨ ਲੈਣ, ਅਤੇ ਨਾਲੇ ਸਾਡੇ ਸਮਾਜ ਦੇ ਲੋਕਾਂ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਬਾਰੇ ਕੁਝ ਨਾ ਕੁਝ ਚਾਨਣਾ ਪਾਉਣ ਕੇ ਬਾਬਾ ਸਾਹਿਬ ਕੌਣ ਸੀਗੇ। ਅੱਜ ਅਸੀਂ ਦੁਬਾੜ ਹੋਏ ਫਿਰਦੇ ਹਾਂ, ਉਹਨਾਂ ਨੇ ਇਕੱਲੇ ਇਕੱਲੇ ਨੇ ਜੰਗ ਲੜੀ ਹੈਗੀ, ਉਹਨਾਂ ਬਾਰੇ ਚਾਨਣਾ ਪਾਉਣ ਕੇ ਮੈਂ ਬੇਨਤੀ ਕਰਦਾ ਕਿ ਅਸੀਂ ਜਿਹੜੇ ਸਨਮਾਨ ਚਿੰਨ ਦਿੰਦੇ ਨੇ ਪਲੀਜ਼ ਕਿਰਪਾ ਕਰਕੇ 10 ਮਿੰਟ ਦੇ ਲਈ ਰੁਕ ਜਾਓ ਜੀ।
ਤਾਂ ਕਿ ਅਸੀਂ ਬਾਬਾ ਸਾਹਿਬ ਜੀ ਬਾਰੇ ਕੁਝ ਨਾ ਕੁਝ ਸੁਣ ਸਕੀਏ। ਨਿਰਮਲ ਸਿੰਘ ਜੀ PNB ਬੈਂਕ ਮਲੇਰਕੋਟਲਾ ਤੋਂ, ਬਾਬਾ ਜਕਰ ਸਿੰਘ ਜੀ ਤੇ ਹੋਰ ਕਮੇਟੀ ਮੈਂਬਰ ਆ ਸਾਡੇ ਬੜੇ ਸਤਿਕਾਰਯੋਗ ਪ੍ਰਿੰਸੀਪਲ ਜੱਗਾ ਸਿੰਘ ਜੀ ਨੂੰ ਸਨਮਾਨ ਚਿੰਨ ਦੇ ਰਹੇ ਨੇ। ਬੋਲੇ ਸੋਨਿਹਾਲ ਬਾਬਾ ਸਾਹਿਬ ਤੇਰੀ ਸੋਹਰਾ ਦਿਆਂਗੇ ਠੋਕ ਕੇ, ਬਾਬਾ ਸਾਹਿਬ ਤੇਰੀ ਸੋਚ ਕੇ ਪਹਿਰਾ ਦਿਆਂਗੇ ਠੋਕ ਕੇ। ਤਾਰਾ ਸਿੰਘ ਜੀ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਦਾ ਕਿ ਸਿਰਫ 10 ਮਿੰਟ ਦੇ ਲਈ ਸਾਨੂੰ ਟਾਈਮ ਦੇ ਦਿਓ। ਸਾਡੇ ਬੜੇ ਹੀ ਸਤਿਕਾਰਯੋਗ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਨਮਾਨ ਚਿੰਨ੍ਹ ਲੈ ਲਓ ਜੀ। ਮੈਂ ਸਾਡੇ ਬੇਟੇ ਅਰਸ਼ਦੀਪ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਸਟੇਜ ਦੇ ਨੇੜੇ ਆ ਜਾਣ, ਤਾਂ ਕਿ ਜੱਗਾ ਸਿੰਘ ਜੀ ਉਹਨਾਂ ਬਾਰੇ ਦੱਸ ਸਕਣਗੇ ਵੀ ਇਹ ਬੱਚਾ ਕੌਣ ਹੈਗਾ, ਕਿਵੇਂ ਆਇਆ ਗਾ ਇੱਥੇ। ਅਰਸ਼ਦੀਪ ਸਿੰਘ ਜੀ ਪ੍ਰਿੰਸ ਮਲੇਰਕੋਟਲਾ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਜੱਗਾ ਸਿੰਘ ਜੀ ਪ੍ਰਿੰਸੀਪਲ, 10 ਮਿੰਟ ਦੇ ਲਈ ਕਿਰਪਾ ਕਰਕੇ ਸਾਰਿਆਂ ਦੇ ਧਿਆਨ ਨਾਲ ਸੁਣਨਾ ਜੀ। ਜਿੱਤ ਲੋਕਾਂ ਦੀ, ਪੜੋ ਜੁੜੋ ਅਤੇ ਸੰਘਰਸ਼ ਕਰੋ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਹਾਂ, ਮੈਂ ਬੇਨਤੀ ਕਰਦਾ ਅਰਸ਼ਦੀਪ ਜੀ ਪੁੱਤਰ ਬਲਵੰਤ ਸਿੰਘ ਪ੍ਰਿੰਸ ਉਹ ਸਟੇਜ 'ਤੇ ਆਉਣ, ਕਿਉਂਕਿ ਉਸ ਬੱਚੇ ਨੇ ਇੱਕ ਨਹੀਂ ਦੋ ਨਹੀਂ ਬਹੁਤ ਥਾਂ 'ਤੇ ਮੱਲਾਂ ਮਾਰੀਆਂ ਨੇ। ਅਸੀਂ ਉਸ ਬੱਚੇ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ। ਆਸ ਕਰਦੇ ਹਾਂ ਕਿ ਬੱਚਾ ਆਉਣ ਵਾਲੇ ਸਮੇਂ ਵਿੱਚ ਬਹੁਤ ਬੁਲੰਦੀਆਂ ਛੂਏ। ਇਹੋ ਅਰਦਾਸਾਂ ਬੇਨਤੀਆਂ ਸਾਡੀਆਂ, ਕਿਰਪਾ ਕਰਕੇ ਪ੍ਰਬੰਧਕ ਨੂੰ ਬੇਨਤੀ ਹੈ ਕਿ ਸਨਮਾਨਿਤ ਕਰਨ। ਮੈਂ ਸਾਡੇ ਪਿੰਡ ਦੇ ਸਰਪੰਚ ਸਾਹਿਬ ਮੇਜਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਕਿਰਪਾ ਜੀ, ਕਿਉਂਕਿ ਉਹਨਾਂ ਦੇ ਪਿੰਡ ਦਾ ਬੱਚਾ ਹੈਗਾ ਸਰਪੰਚ ਮੇਜਰ ਸਿੰਘ ਜੀ। ਸੋ ਇਸ ਤਰ੍ਹਾਂ ਸਮੁੱਚੀ ਲੀਡਰਸ਼ਿਪ ਵੱਲੋਂ ਪਿੰਡ ਦੇ ਸਰਾਹੀ ਬੱਚੇ ਦਾ ਸਨਮਾਨ ਕੀਤਾ ਜਾ ਰਿਹਾ। ਇਹ ਬਹੁਤ ਮਾਣ ਵਾਲੀ ਗੱਲ ਹੈ, ਐਸੇ ਬੱਚਿਆਂ ਦਾ ਸਨਮਾਨ ਕਰੋ ਜਿਨ੍ਹਾਂ ਨੇ ਮੱਲਾਂ ਮਾਰੀਆਂ ਨੇ, ਵਧੀਆ ਨੰਬਰ ਲਏ ਨੇ, ਕਿਸੇ ਹੋਰ ਪੱਖ ਤੋਂ ਸਮਾਜ ਦੇ ਵਿੱਚ ਰੁਤਬਾ ਵਧੀਆ ਹਾਸਲ ਕੀਤਾ, ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰਨਾ ਸਾਡਾ ਨੈਤਿਕ ਫਰਜ਼ ਬਣਦਾ। ਸੋ ਬਹੁਤਾ ਨਾਮ ਕਹਿੰਦਾ ਇੱਕ ਵਾਰ ਫਿਰ ਸਮੁੱਚੀ ਲੀਡਰਸ਼ਿਪ ਦਾ, ਪ੍ਰਬੰਧਕ ਕਮੇਟੀ ਦਾ, ਵਿਸ਼ੇਸ਼ ਤੌਰ 'ਤੇ ਮੇਰੀਆਂ ਭੈਣਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ, ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦਾ ਕਿ ਜੇ ਕਾਰ ਦੇ ਵਿੱਚ ਜਾਂਦੇ ਹੋ ਤਾਂ ਮੋਟਰਸਾਈਕਲ 'ਤੇ ਚਲੇ ਜਾਓ, ਜੇ ਮੋਟਰਸਾਈਕਲ 'ਤੇ ਜਾਂਦੇ ਹੋ ਤਾਂ ਸਾਈਕਲ 'ਤੇ ਚਲੇ ਜਾਓ, ਜੇ 4 ਰੋਟੀਆਂ ਖਾਂਦੇ ਹੋ ਤਾਂ 3 ਖਾ ਦਿਓ, ਜੇ 3 ਖਾਂਦੇ ਹੋ ਤਾਂ 2 ਖਾ ਦਿਓ, ਪਰ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ। ਇੱਕ ਮੈਂ ਛੋਟੀ ਜਿਹੀ ਕਹਾਣੀ ਸੁਣਾ ਕੇ ਸਮਾਪਤੀ ਕਰਦਾ। ਇੱਕ ਵਾਰੀ ਇੱਕ ਜੰਗਲ ਨੂੰ ਅੱਗ ਲੱਗ ਜਾਂਦੀ ਆ, ਸਾਰੇ ਜਾਣੇ ਧਿਆਨ ਨਾਲ ਸੁਣੋ ਕਿ ਸਾਨੂੰ ਕੀ ਕਰਨਾ ਚਾਹੀਦਾ। ਤਾਂ ਜੰਗਲ ਦੇ ਨਾਲ ਕੀ ਹੈ, ਇੱਕ ਪਿੰਡ ਹੁੰਦਾ, ਪਿੰਡ ਦੇ ਨਾਲ ਇੱਕ ਝੀਲ ਹੁੰਦੀ ਆ, ਝੀਲ ਦੇ ਉੱਪਰ ਇੱਕ ਚਿੜੀ ਤੇ ਕਾਂ ਬੈਠੇ ਹੁੰਦੇ ਨੇ, ਤੇ ਜਦੋਂ ਅੱਗ ਲੱਗ ਜਾਏ ਜੰਗਲ ਨੂੰ, ਪਿੰਡ ਦੇ ਲੋਕੀ ਕੀ ਕਰਦੇ ਨੇ, ਬਾਲਟੀਆਂ ਚੱਕਦੇ ਨੇ, ਝੀਲ ਦੇ ਵਿੱਚ ਉਹ ਭਰ ਭਰ ਕੇ ਜੰਗਲ ਦੀ ਅੱਗ ਦੇ ਉੱਪਰ ਪਾਉਣ ਲੱਗ ਜਾਂਦੇ ਨੇ। ਤਾਂ ਚਿੜੀ ਦੇਖਦੀ ਆ ਵੀ ਪਿੰਡ ਦੇ ਲੋਕੀ ਅੱਗ ਬੁਝਾਉਂਦੇ ਨੇ ਕਿ ਮੈਂ ਇਹਨਾਂ ਦੀ ਮਦਦ ਕਰਾਂ, ਤਾਂ ਚਿੜੀ ਕੀ ਕਰਦੀ ਆ, ਚੁੰਝ ਭਰਦੀ ਆ ਪਾਣੀ ਦੀ, ਬਲਦੀ ਅੱਗ ਦੇ ਉੱਪਰ ਜੰਗਲ ਦੇ ਉੱਪਰ ਪਾ ਆਉਂਦੀ ਆ, ਦੂਜੀ ਚੁੰਝ ਫੇਰ ਭਰਦੀ ਆ ਫੇਰ ਪਾ ਆਉਂਦੀ ਆ, ਤੀਜੀ ਫੇਰ ਭਰਦੀ ਆ ਫੇਰ ਪਾ ਆਉਂਦੀ ਆ, ਤੇ ਜਦੋਂ ਚੌਥੀ ਚੁੰਝ ਪਾਣੀ ਦੀ ਭਰਦੀ ਆ, ਕਿਉਂ ਕਹਿੰਦਾ ਕਾਮਲੀ, ਕਿਉਂ ਕਹਿੰਦਾ ਚਿੜੀਆਂ ਕਹਿੰਦਾ ਕਿਉਂ ਕਾਮਲੀ ਹੋਈਆਂ, ਕਹਿੰਦਾ ਪਿੰਡ ਦੇ ਜਿਹੜੇ ਲੋਕੀ ਨੇ ਕਹਿੰਦਾ ਬਾਲਟੀਆਂ ਭਰ ਭਰ ਕੇ ਕਹਿੰਦਾ ਪਾਣੀ ਦੇ ਕਹਿੰਦਾ ਜੰਗਲ ਦੀ ਅੱਗ ਦੇ ਉੱਪਰ ਪਾਉਂਦੇ ਨੇ, ਕਹਿੰਦਾ ਪਿੰਡ ਦੇ ਲੋਕਾਂ ਤੋਂ ਤਾਂ ਕਹਿੰਦਾ ਜੰਗਲ ਦੀ ਅੱਗ ਬੁਝਦੇ ਨੇ, ਕਹਿੰਦਾ ਤੇਰੀ ਇੱਕ ਚੁੰਝ ਦੇ ਪਾਣੀ ਦੇ ਨਾਲ ਕਹਿੰਦਾ ਕਹਿੰਦੇ ਜੰਗਲ ਦੀ ਅੱਗ ਬੁਝੋ, ਕਹਿੰਦੀ ਕਮਲਿਆ ਕਾਮਾ ਕਹਿੰਦੀ ਅੱਗ ਬੁਝੋ ਚਾਹੇ ਨਾ ਬੁਝੋ, ਕਹਿੰਦੀ ਜਿਹੜਾ ਮੇਰਾ ਨਾਮ ਹੈ ਇਤਿਹਾਸ ਦੇ ਵਿੱਚ, ਕਹਿੰਦੀ ਅੱਗ ਬੁਝਾਉਣ ਵਾਲਾ ਚਾਹੂ, ਅੱਗ ਲਾਉਣ ਵਾਲਾ ਚਾਹੂ। ਸੋ ਦੋਸਤੋ, ਹੁਣ ਤੁਸੀਂ ਆਪ ਸਮਝ ਲਿਓ ਕਿ ਸਾਨੂੰ ਅੱਗ ਲਾਉਣ ਵਾਲੇ ਕੰਮ ਕਰਨੇ ਚਾਹੀਦੇ ਨੇ, ਅੱਗ ਬੁਝਾਉਣ ਵਾਲੇ। ਜੈ ਭੀਮ, ਜੈ ਭਾਰਤ। ਮੈਂ ਕੁਪਕਲਾਂ ਦੇ ਪਿੰਡ ਨਿਵਾਸੀ ਦੇ ਬੱਚਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਬੱਚਿਓ, ਜਿਸ ਵੀ ਬੱਚੇ ਦੇ 10th+2 ਦੇ ਵਿੱਚੋਂ 90% ਤੋਂ ਉੱਪਰ ਮਾਰਕਸ ਆਉਣਗੇ, ਉਹ ਕਮੇਟੀ ਨੂੰ ਆਪਣਾ ਨਾਮ ਦੱਸ ਦੇਵੇ, ਆਪਣੇ DMC ਡਿਟੇਲ ਮਾਰਕਸ ਦੇ ਨਾਲ, ਇੰਟਰਨੈਸ਼ਨਲ ਬੁੱਧਿਸਟ ਗੁਰੂ ਰਵਿਦਾਸ ਆਰਗਨਾਈਜੇਸ਼ਨ ਉਹਨਾਂ ਨੂੰ 10,000 ਰੁਪਏ ਦਾ ਇਨਾਮ ਦੇਵੇ। ਅਤੇ ਪਿੰਡ ਕੁਪਕਲਾਂ ਦੀ VR ਅੰਬੇਡਕਰ ਵੈਲਫੇਅਰ ਸੁਸਾਇਟੀ ਨੂੰ ਅਸੀਂ ਵੀ ਇਹ ਕਹਿੰਦੇ ਹਾਂ ਕਿ ਜੇ ਉਹਨਾਂ ਕੋਲ ਲਾਇਬ੍ਰੇਰੀ ਲਈ ਕੋਈ ਜਗ੍ਹਾ ਹੈਗੀ ਆ
इंटरनेशनल बुद्धिस्ट गुरु रविदास ऑर्गेनाइजेशन पूरा लिटरेचर बुक्स जड़ियां प्रोवाइड करवा के देंगे। इन्हें कहते हैं जय भीम जय भारत। हुण मैं बेनती करा श्री रामलला जी तो उन्होंने समुची टीम स्टेज पर आवे जी, तो प्रबंधक कमेटी को बेनती है समुची टीम का सम्मान करो जी, क्योंकि जो यह अंबेडकरवादी लोग साडे समाज नाल जुड़ गए फिर कोई वो ताकत नहीं जी सानू हरा सकती है। सो रामलला जी की समुची टीम तो प्रबंधक कमेटी वालों समुची टीम का सम्मान किया जा रहा है जी। सरपंच बेजल सिंह जी आज जी सरदार जग्गा सिंह भी आज जी स्टेज पर सम्मान दिन नहीं आता आ जाओ सर। सत्कारयोग सरदार जग्गा सिंह जी भी स्टेज पर आने जी ते अपना सम्मान ग्रहण कर। जग्गा सिंह जी मंडेला प्रबंधक कमेटी आओ जी स्टेज पर। सरदार जग्गा सिंह जी का निर्मल सिंह जी कुप कलां पी एल बी ए बी स्टेज पर आओ जी तो सम्मान आपका ग्रहण कर दी। शहरी जनरल स्टोर कुप कलां जी वह भी आपका सम्मान ग्रहण कर जी। करनैल सिंह जी लैन गए जी उन्होंने सम्मान। शनी जनरल जनरल स्टोर जी कुप कलां करनैल सिंह जी सम्मान ग्रहण कर रहे हैं जी उन्होंने। रामपाल सिंह सरपंच तोतीपुरी बासी तोतापुरी जी वह भी अपना सम्मान लैन की कृपालता कर जी। इस तो बाद कुलदीप सिंह पत्रकार जी वह भी स्टेज पर आने की कृपालता कर जी। हाँ कर देना पत्रकार साहब मान लो जी मैं साढ़े बड़े ही सत्कारयोग बाबा केकर सिंह जी को ते साढ़े बड़े ही सत्कारयोग निर्मल सिंह जी पी एन बी वालों ते तारा सिंह जी को समुची टीम को मैं बेनती करता कि साढ़े गुरविंदर कौर पी सी एस ने धूरी तो जिहड़ी बुढ़ी अज्ज कल ट्रेनिंग ते नायब तहसीलदार की पोस्ट ते अमरगढ़ विखे सेवा भी निभा रही है। मैं उन्होंने बेनती करता कि जो जो भी ये समागम होंगे ने उस बेटी को सफाया करो जी। पी सी एस जिन्हें अपनी कास्ट की कुड़ी है जिन्हें पी सी एस की हैगी अगे भी होर अगर पढ़ाई कर रही है उसको मैं बेनती करता कि अगे वास्ते जो भी समागम की शुरुआत करवानी है होर भी अपने जोड़े बच्चे पढ़ाई के बच्चे उच्च विद्या प्राप्त करते उन्होंने तो शुरुआत कराया करो। जय भीम जय भारत। इस अलावा एस आई करनैल सिंह जी अपना सम्मान लैन जी। एस आई सरदार करनैल सिंह जी कुप कलां। इस तो बाद गुरमुख सिंह सैन ऑफ रपी सिंह जी अपना सम्मान लैन जी। गुरमुख सिंह सैन ऑफ रपी सिंह पंजाब पुलिस जाओ के उन्होंने मैंबर सम्मान लैन की कृपालता करो जी स्टेज पर। ये भी अपना सम्मान लैन की कृपालता कर जी। निर्मल सिंह सैन ऑफ हरचेत सिंह निर्मल सिंह सैन ऑफ हरचेत सिंह जी अपना सम्मान लैन जी।
ਮਾਸਟਰ ਮੱਖਣ ਸਿੰਘ ਜੀ ਸਟੇਜ ਤੇ ਆਉਣ ਦੀ ਕਿਰਪਾਲਤਾ ਕਰ ਜੀ ਤੇ ਆਪਣਾ ਸਨਮਾਨ ਲੈਣ। ਮਾਸਟਰ ਬਲਬੀਰ ਸਿੰਘ ਜੀ ਸਟੇਜ ਤੇ ਆਉਣ ਜੀ। ਦਵਿੰਦਰ ਸਿੰਘ ਵੀ ਸਟੇਜ ਤੇ ਆਵੇ ਜੀ ਤੇ ਆਪਣਾ ਸਨਮਾਨ ਗ੍ਰਹਿਣ ਕਰੇ ਜੀ। ਦਵਿੰਦਰ ਸਿੰਘ ਆ ਜੀ। ਇੱਕ ਬਲਬੀਰ ਸਿੰਘ ਪੋਸਟਮਾਰਟਮ ਮਾਸਟਰ ਹੈਗੇ ਜੀ, ਉਹ ਵੀ ਆਪਣਾ ਸਟੇਜ ਤੇ ਆ ਕੇ ਸਨਮਾਨ ਲੈਣ ਜੀ। ਬਲਬੀਰ ਸਿੰਘ ਪੋਸਟਮਾਰਟਮ ਜੀ, ਉਹ ਵੀ ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰਨ ਜੀ। ਬਲਬੀਰ ਸਿੰਘ ਪੋਸਟਮਾਰਟਮ ਜੀ। ਹਰਦੇਵ ਸਿੰਘ ਦੁਲਮਾ ਜੀ ਸਟੇਜ ਤੇ ਆਉਣ ਜੀ ਤੇ ਆਪਣਾ ਸਨਮਾਨ ਗ੍ਰਹਿਣ ਕਰਨ ਜੀ। ਹਰਦੇਵ ਸਿੰਘ ਜੀ ਦੁਲਮਾ। ਦਵਿੰਦਰ ਸਿੰਘ ਜੀ ਲਓ ਜੀ ਆਪਣਾ ਸਨਮਾਨ। ਗੁਰਪ੍ਰੀਤ ਸਿੰਘ ਜੀ ਤੇ ਹਰਮਨ ਸਿੰਘ ਜੀ ਕੈਨੇਡਾ ਤੋਂ ਵਿਸ਼ੇਸ਼ ਸਨਮਾਨ ਜੀ, ਉਹ ਵੀ ਆਪਣਾ ਸਨਮਾਨ ਗ੍ਰਹਿਣ ਕਰਨ ਦੀ ਕਿਰਪਾਲਤਾ ਕਰ ਜੀ। ਠੀਕ ਹੈ। ਲਖਵਿੰਦਰ ਫੌਜੀ ਆਓ ਜੀ ਸਟੇਜ ਤੇ। ਲਖਵਿੰਦਰ ਸਿੰਘ ਫੌਜੀ ਜੋ ਧੂਰੀ ਤੋਂ ਨੇ ਜੀ, ਲੇਟ ਆਏ ਨੇ, ਉਹ ਵੀ ਆਪਣਾ ਸਨਮਾਨ ਗ੍ਰਹਿਣ ਕਰੋ ਜੀ। ਖੁਸ਼ਮੀਤ ਸਿੰਘ ਬੋਨ ਜੀ, ਉਹ ਵੀ ਆਪਣਾ ਬਣਤਾ ਸਨਮਾਨ ਸਟੇਜ ਤੋਂ ਲੈਣ ਜੀ। ਖੁਸ਼ਮੀਤ ਸਿੰਘ ਬੋਨ। ਜੈਮੀ ਐਫਸੀਆਈ ਮੈਨੇਜਰ ਹੈ ਜੀ, ਉਹ ਵੀ ਆਪਣਾ ਸਨਮਾਨ ਸਟੇਜ ਤੋਂ ਲੈਣ ਜੀ। ਜੋ ਨਰਪ ਸਿੰਘ ਦੇ ਬੇਟੇ ਜੀ ਨੇ ਜੀ, ਉਹ ਵੀ ਸਟੇਜ 'ਤੇ ਆ ਕੇ ਆਪਣਾ ਸਨਮਾਨ ਗ੍ਰਹਿਣ ਕਰ ਜੀ। ਸ਼ਕੇਂਦਰ ਸਿੰਘ ਪੰਚ ਜਿਹਨੂੰ ਆਪਾਂ ਸ਼ੋਰਟ ਨਾਮ ਕਾਲਾ ਵੀ ਕਹਿੰਦੇ ਨੇ ਜੀ, ਉਹ ਵੀ ਸਟੇਜ 'ਤੇ ਆਉਣਗੇ ਅਤੇ ਆਪਣਾ ਸਨਮਾਨ ਲੈਣ ਜੀ। ਜੈਮੀ ਦਾ ਸਨਮਾਨ ਲੈ ਰਹੇ ਨੇ ਜੀ, ਉਹਨਾਂ ਦੇ ਪਿਤਾ ਜੀ ਸਰਦਾਰ ਨਰਮਲ ਸਿੰਘ ਜੀ PNB ਜੀ। ਵੀਰਵਾਲ ਸਿੰਘ ਜੀ ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰ ਜੀ। ਡਾਕਟਰ ਬਲਵੀਰ ਸਿੰਘ। ਮੰਨਾ ਸਿੰਘ ਵੀ ਸਟੇਜ ਤੇ ਆਉਣ ਦੀ ਕਿਰਪਾਲਤਾ ਕਰੋ ਜੀ। ਮੰਨਾ ਸਿੰਘ ਜੀ। ਸਾਡੇ ਬੜੇ ਹੀ ਸਤਿਕਾਰਯੋਗ ਸੰਦੀਪ ਸਿੰਘ ਜੀ ਮੋਬਨਾਬਾਦ ਤੋਂ ਪ੍ਰੈਸ ਰਿਪੋਰਟਰ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਸਨਮਾਨ ਤੋਂ ਲੈ ਜਾਓ ਜੀ। ਅਤੇ ਬਾਕੀ ਮੈਂ ਬੇਨਤੀ ਕਰਦਾ ਸਾ ਇਕਬਾਲ ਸੁੱਖੀ ਜੀ ਪ੍ਰੈਸ ਰਿਪੋਰਟਰ ਦਾ, ਉਹਨਾਂ ਬੇਨਤੀ ਕਰਦਾ ਕਿ ਉਹ ਆਪਣਾ ਸਨਮਾਨ ਤੋਂ ਲੈ ਜਾਣ। ਅਤੇ ਬਾਕੀ ਮੈਂ ਬੇਨਤੀ ਕਰਦਾ ਜੀ ਸਾਡੇ ਪ੍ਰੈਸ ਰਿਪੋਰਟਰ ਵੀਰਾਂ ਨੂੰ ਅਤੇ ਪੰਜਾਬ ਪੁਲਿਸ ਵਾਲਿਆਂ ਨੂੰ ਕਿ ਜਦੋਂ ਵੀ ਕਿਤੇ ਵੀ ਕੋਈ ਕੇਸ ਹੁੰਦਾ ਪਹਿਲਾਂ ਉਹਦੀ ਪੜਤਾਲ ਜ਼ਰੂਰ ਕਰਦੇ ਹੋ ਪੰਜਾਬ ਪੁਲਿਸ ਵਾਲਿਆਂ ਨੂੰ ਦੇ ਦੱਸਿਆ ਕਿ ਉਹ ਇੱਥੇ, ਅਤੇ ਉਸ ਤੋਂ ਬਾਅਦ ਜਿਹੜੀ FIR ਦਰਜ ਕਰਿਆ ਕਰੋ।
इसे तरह साढ़े पत्रकार भीर को बेनती है कि पहला पड़ताल करा करो फिर घर बताया करो सू बड़े दुख के ना कहना पैदा कोई तो बच्चा रह गया उस सरकार कारण तो असं वो घर जाके लगे सो जिन्हें भी बाहरों पदवाते सज्जन आए ने कमेटी वालों सारे का बहुत बहुत धन्यवाद ऐसे भी सारे का दिल दिया गहराइया तो धन्यवाद करते हैं जी जिन्हें ने सानू इतने सद्दा पत्र दिता बाबा बेकर सिंह जी जो बड़े ही पुराने ने इतने गुरु घर के हेड ग्रंथी ने जी